ਅਜੇ ਅਰੋੜਾ ਜੀ। ਇਹ ਜੀ ਸੁਖੀਆਬਾਦ ਨਿਊ ਸਾਈਂ ਬਾਬਾ ਮੰਦਿਰ, ਇੱਥੇ ਕਰਵਾਈ ਜਾ ਰਹੀ ਤਿਆਰੀਆਂ, ਤੁਹਾਡੇ ਸਾਹਮਣੇ ਚੱਲ ਰਹੀਆਂ ਜ਼ੋਰਾਂ ਸ਼ੋਰਾਂ ਨਾਲ ਜੀ। ਇਹ ਸਾਡੀ ਪਹਿਲੀ ਚੌਂਕੀ ਹੈ ਜੀ, ਠੀਕ ਹੈ ਜੀ। ਇਸ ਚੌਂਕੀ ਦੇ ਵਿੱਚ ਜਿਹੜੇ ਸਾਡੇ ਕਲਾਕਾਰ ਨੇ, ਦਿੱਲੀ ਤੋਂ ਪ੍ਰਿਆ ਪ੍ਰਾਚੀ, ਹੁਸ਼ਿਆਰਪੁਰ ਤੋਂ ਸ਼ਸ਼ੀ ਸ਼ਾਸਤਰੀ ਜੀ, ਅਤੇ ਇੱਕ ਸਾਡੀ ਨਵੀਂ ਸਿੰਗਰ ਹੈ ਹੁਸ਼ਿਆਰਪੁਰ ਤੋਂ ਤਨੂ, ਮਾਂ ਦੀ ਲਾਡਲੀ ਤਨੂ, ਉਹ ਆਉਣਗੇ ਅਤੇ ਬਾਬਾ ਜੀ ਦਾ ਗੁਣਗਾਨ ਕਰਨਗੇ। ਅਤੇ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਹੁਸ਼ਿਆਰਪੁਰ ਵਾਸੀ ਇੱਥੇ ਵੱਧ ਕੇ ਪਹੁੰਚਣ ਅਤੇ ਬਾਬਾ ਜੀ ਦਾ ਗੁਣਗਾਨ ਕਰਨ, ਅਤੇ ਲੰਗਰ ਦਾ ਪ੍ਰਬੰਧ ਪੂਰਾ ਹੋਏਗਾ ਜੀ। ਕਿੰਨੇ ਵਜੇ ਭਾਅ ਜੀ ਸ਼ੁਰੂ ਹੋਏਗੀ ਚੌਂਕੀ? ਇਹ ਚੌਂਕੀ ਜੀ 7 ਵਜੇ ਸ਼ੁਰੂ ਹੋਏਗੀ ਅਤੇ ਪ੍ਰਭੂ ਇੱਛਾ ਤੱਕ ਚੱਲੇਗੀ ਜੀ। ਠੀਕ ਹੈ ਜੀ। ਅਤੇ ਤਿਆਰੀਆਂ ਦੀ ਗੱਲ ਕਰੀਏ ਤਾਂ ਕਿੰਨੇ ਕੁ ਸੰਗਤ ਦੇ ਆਉਣ ਦੀ ਪਹੁੰਚਣ ਦੀ ਤੁਹਾਨੂੰ ਉਮੀਦ ਹੈ ਜੀ? ਦੇਖੋ ਜੀ, ਸਾਡੀ ਉਮੀਦ ਹੈਗੀ ਹੈ ਕਿ ਸੰਗਤ 5-7-10 ਹਜ਼ਾਰ ਤੱਕ ਪਹੁੰਚੇਗੀ, ਬਾਕੀ ਪ੍ਰਭੂ ਦੀ ਇੱਛਾ ਹੈ ਜੀ। ਅਤੇ ਸੰਗਤ 'ਤੇ ਹੈ ਜੀ, ਆਪਾਂ ਤਾਂ ਬੇਨਤੀ ਕਰਦੇ ਸੰਗਤ ਨੂੰ ਕਿ ਵੱਧ ਚੜ੍ਹ ਕੇ ਪਹੁੰਚੋ। ਅਤੇ ਭਵਨ ਕਿਹੜੀ ਜਗ੍ਹਾ ਤੋਂ ਲਿਆਉਂਦਾ ਜਾ ਰਿਹਾ? ਇਹ ਭਵਨ ਹੁਸ਼ਿਆਰਪੁਰ ਤੋਂ ਹੈ ਜੀ, ਲੋਕਲ ਸਾਡੀ ਵਿਸ਼ਾਲ ਚੌਂਕੀ, ਪਹਿਲੀ ਚੌਂਕੀ ਹੈ ਜੀ ਹੈ। ਬਾਕੀ ਅਗਲੇ ਸਾਲ ਤੋਂ ਬਾਬਾ ਮੇਹਰ ਕਰੇਗਾ, ਹੁਸ਼ਿਆਰਪੁਰ ਵਾਸੀ ਸਾਡਾ ਸਾਥ ਦੇਣਗੇ ਅਤੇ ਅਸੀਂ ਹੋਰ ਵੱਧ ਚੜ੍ਹ ਕੇ ਕਰਾਂਗੇ ਜੀ। ਭਵਨ ਕਿੱਥੋਂ ਆ ਰਿਹਾ ਜੀ? ਭਵਨ ਜੀ, ਭਵਨ ਲੋਕਲ ਸੀ ਤੁਹਾਨੂੰ ਦੱਸਿਆ ਉਹਨੇ ਮੈਂ, ਠੀਕ ਹੈ ਜੀ। ਜਿਹੜੇ ਸਾਡਾ ਬਾਬਾ ਜੀ ਦਾ ਦਰਬਾਰ ਲੱਗੇਗਾ ਉਹ ਸਾਡਾ ਪਟਿਆਲੇ ਤੋਂ ਹੈ ਜੀ, ਪਟਿਆਲੇ ਤੋਂ ਆਏਗਾ। ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ? ਬਸ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ, ਆਓ ਵੱਧ ਕੇ ਇੱਥੇ ਪਹੁੰਚੋ, ਠੀਕ ਹੈ ਜੀ। ਆਨੰਦ ਲਓ ਚੌਂਕੀ ਦਾ, ਕੇ ਬਾਬਾ ਜੀ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰੋ, ਠੀਕ ਹੈ ਜੀ, ਸਾਡਾ ਸਾਥ ਦਿਓ। We at GNA University see potential in everyone and everything around us. We drive innovation and entrepreneurship. We groom competent global citizens to affect positive change around them.